ਸਤਿ ਸ਼੍ਰੀ ਅਕਾਲ ਜੀ ਕਿਵੇਂ ਸਾਰੇ ਉਮੀਦ ਕਰਨਾ ਸਾਰੇ ਠੀਕ ਹੋਵੋਗੇ ਤੁਹਾਡਾ ਸਵਾਗਤ ਹੈ ਅੱਜ ਦੇ ਹੋਰ ਨਵੇਂ ਵਲੌਗ 'ਚ ਅਤੇ ਜੀ ਅੱਜ ਆਪਾਂ ਇੱਕ ਰੈਸਕਿਊ ਚਿੜੀ ਨੂੰ ਕਰਨ ਲੱਗੇ ਹਾਂ ਪਹਿਲੀ ਵਾਰੀ ਆਪਾਂ ਨੂੰ ਜੀ ਉੱਥੋਂ ਜੇ ਮਿਲੀ ਸੀ ਆਪਾਂ ਤੁਹਾਨੂੰ ਹੁਣੇ ਵਿਖਾ ਕੇ ਲਿਆਉਂਦੇ ਹਾਂ ਡੰਡੀ ਨੂੰ ਕੀ ਲਗਾ ਲਿਆ ਆਪਾਂ ਇਹਨੂੰ ਫੜਨਾ ਪਵੇਗਾ ਚਾਹੇ ਦਾ ਉੱਡਣਾ ਸਿਰ ਜੀ ਹੈ ਪਹਿਲਾਂ ਆਪਾਂ ਉੱਥੇ ਵੇਖ ਕੇ ਆਏ ਪਹੁੰਚ ਲਿਆ ਤਾਂ ਕਿਸੇ ਨੇ ਲੱਭਿਆ ਲੱਗਦਾ ਇਕੱਲੀ ਹੈ ਹੁਣ ਅੱਜ ਮੈਨੂੰ ਨਹੀਂ ਕਦੀ ਵੱਢਦੀ ਕਿਉਂਕਿ ਮੈਂ ਇਹਦਾ ਪੁਰਾਣਾ ਥੋੜ੍ਹਾ ਮੈਨੂੰ ਇੱਕ ਦਿਨ ਦਾ ਰੱਖਿਆ ਹੋਇਆ ਘਰ ਮਤਲਬ ਅੱਜ ਹੁਣੇ ਥੋੜ੍ਹੀ ਦੇਰ ਅਤੇ ਪੰਜੇ ਥੋੜ੍ਹੇ ਟੇਢੇ ਨੇ ਸ਼ਾਇਦ ਡੇਗੀ ਹੋਏ ਪਹਿਲਾਂ ਜੀ ਸਾਡੀ ਜਰਨੀ ਬਹੁਤ ਕਰੇਜੀ ਰਹੀ ਦੱਸਾਂ ਕਿਵੇਂ ਪਹਿਲਾਂ ਅਸੀਂ ਉੱਧਰ ਵਾਲੀ ਸਾਈਡ ਗਏ ਉੱਥੋਂ ਮਸਾਂ ਲਿਆਉਂਦੀ ਫਿਰ ਉਦੋਂ ਢੱਕਣ 'ਤੇ ਨਹੀਂ ਸੀ ਚੱਲਦੀ ਪਈ ਫਿਰ ਇੱਥੇ ਆ ਗਈ ਫਿਰ ਕਦੀ ਉੱਧਰ ਭੱਜ ਜਾਂਦੀ ਸੀ ਕਦੀ ਉੱਧਰ ਹੁਣ ਬਸ ਮੇਰੇ ਕੋਲ ਆਉਂਦੀ ਹੈ ਹੋਰ ਕਿਸੇ ਨੂੰ ਫੜਾਈਏ ਨਾ ਉਲਟ ਜਾਂਦੀ ਹੈ ਜੀ ਆ ਤਾਂ ਆਪਾਂ ਹੁਣ ਪਹਿਲਾਂ ਟਰਾਈ ਕਰ ਲਿੱਤੀ ਹੈ ਇੱਕ ਵਾਰ ਹੋਰ ਟਰਾਈ ਕਰਨੇ ਆ ਉੱਥੇ ਜਾ ਕੇ ਚਲੋ ਜੀ ਚੱਲੀਏ ਪਾਰਕ 'ਚ ਬਿਠਾਉਂਦੇ ਹਾਂ ਇੱਥੇ ਸ਼ਾਇਦ ਕੋਈ ਚਿੜੀ ਉੱਡੀ ਦੀਦੀ ਜੀ ਬਹੁਤ ਕਿਊਟ ਹੈ ਆਪਾਂ ਇਹਨੂੰ ਇੱਥੇ ਘਰ ਕਹਿੰਦੇ ਹਾਂ ਦੁਬਾਰਾ ਥੋੜ੍ਹਾ ਟਾਈਮ ਵੀ ਆਪਾਂ ਇਹਨੂੰ ਰੱਖਾਂਗੇ ਜ਼ਿਆਦਾ ਟਾਈਮ ਵੀ ਰੱਖ ਲਾਂਗੇ ਜੀ ਆ ਇੱਥੇ ਨੈਸਟ ਵੀ ਹੈ ਤੁਸੀਂ ਉੱਤੇ ਵੇਖ ਸਕਦੇ ਹੋ ਸ਼ਾਇਦ ਆ ਉੱਥੋਂ ਆਈ ਹੋਏ ਪਰ ਸਾਨੂੰ ਲੱਗਦਾ ਕੋਈ ਨਹੀਂ ਕਿਉਂਕਿ ਆ ਇੱਥੇ ਜ਼ਿਆਦਾ ਜੇ ਉੱਥੋਂ ਆਈ ਹੁੰਦੀ ਆ ਉੱਡਣ ਦੀ ਉੱਧਰ ਨੂੰ ਕੋਸ਼ਿਸ਼ ਕਰਦੀ ਪਹਿਲਾਂ ਜਦੋਂ ਅਸੀਂ ਵਿਹੜੇ ਸੀ ਤਾਂ ਉਦੋਂ ਤਾਂ ਇੱਧਰ ਨੂੰ ਬਾਹਰ ਆਉਂਦੀ ਸੀ ਹੁਣ ਪਤਾ ਨਹੀਂ ਕਿੱਧਰ ਜਾਣਾ ਕੀ ਪਤਾ ਇਕੱਲੀ ਹੋਏ ਸ਼ਾਇਦ ਹੈਲੋ ਲੱਗਦਾ ਇਹਨੂੰ ਜੀ ਭੁੱਖ ਲੱਗੀ ਹੈ ਇੱਥੇ ਜੀ ਰੱਖਿਆ 5 ਕੁ ਮਿੰਟ ਹੋ ਗਏ ਨੇ ਕੋਈ ਵੀ ਨਹੀਂ ਆਇਆ ਲੈਣ ਮਤਲਬ ਕਿ ਆ ਇੱਥੋਂ ਦੀ ਨਹੀਂ ਹੈ ਜੇ ਹੁੰਦੀ ਤਾਂ ਫਿਰ ਵੀ ਆ ਉੱਤੇ ਨੂੰ ਜਾਂਦੀ ਉੱਥੇ ਵੀ ਅਸੀਂ ਇੱਕ ਵਾਰ ਟਰਾਈ ਕਰ ਆਏ ਹਾਂ ਉੱਥੋਂ ਦੀ ਆਪਾਂ ਵੀਡੀਓ ਸਟਾਰਟ ਕੀਤੀ ਜੀ ਉੱਥੇ ਵੀ ਨਹੀਂ ਹੋਇਆ ਹੁਣ ਜੀ ਆਪਾਂ ਪਈ ਵੱਲ ਜਾਵਾਂਗੇ ਥੋੜ੍ਹਾ ਜਿਹਾ ਵੇਖਣ ਕਿਤੇ ਉੱਥੇ ਕਿਤੇ ਜੇ ਉੱਥੋਂ ਭੱਜ ਗਈ ਨਾ ਫਿਰ ਫੜੀ ਨਹੀਂ ਜਾਣੀ ਕਦੀ ਜਾਂ ਪੈਰੀਆਂ 'ਚ ਭੱਜ ਜਾਏਗੀ ਉੱਧਰ ਰਿਸਕ ਤਾਂ ਨਹੀਂ ਲੈਂਦੇ ਆਪਾਂ ਜਾਣਾ ਕੋਈ ਜਦੋਂ ਆ ਥੋੜ੍ਹਾ ਆਪਣੇ ਕੰਟਰੋਲ 'ਚ ਆ ਗਈ ਨਾ ਉਦੋਂ ਜਾ ਇੱਥੇ ਜੀ ਸਾਨੂੰ ਮਿਲੀ ਸੀ ਇੱਥੇ ਜੇ ਆ ਦੇਖੋ ਜੀ ਪੱਠਿਆਂ 'ਤੇ ਉੱਤੇ ਬੈਠੀ ਹੋਈ ਸੀ ਆਪਾਂ ਜੀ ਇਹਨੂੰ ਹਾਲੇ ਇਹਦੇ ਉੱਤੇ ਇੱਥੇ ਧਰ ਕੇ ਬਹਿੰਦੇ ਹਾਂ ਅਤੇ ਜੀ ਉੱਤੇ ਨਿੰਮ 'ਤੇ ਬਹੁਤ ਸਾਰੇ ਘੋਂਸਲੇ ਨੇ ਕੀ ਪਤਾ ਉਹਨਾਂ 'ਚੋਂ ਕੋਈ ਲੈਣ ਆ ਜੇ ਪਰ ਆਵਾਜ਼ ਤਾਂ ਆਉਂਦੀ ਪਈ ਹੈ ਕੀ ਪਤਾ ਜੇ ਇੱਥੇ ਜੀ ਬਹੁਤ ਹੀ ਜ਼ਿਆਦਾ ਲੱਗੇ ਹੋਏ ਨੇ ਅਤੇ ਜੀ ਉਸ ਤੋਂ ਆਵਾਜ਼ ਤਾਂ ਆਉਂਦੀ ਹੈ ਜਦੋਂ ਆ ਬੋਲਦੀ ਆ ਉਦੋਂ ਇਸ ਤੋਂ ਆਵਾਜ਼ ਆਉਂਦੀ ਹੈ ਜਿੱਥੇ ਕੋਈ ਉੱਡਦਾ ਪਿਆ ਮੈਂ ਉੱਧਰੋਂ ਹੋ ਕੇ ਉਹਨਾਂ ਆ ਜਾਓ ਤੁਸੀਂ ਵੀ ਆ ਜਾਓ ਇੱਥੋਂ ਬਹਿੰਦੇ ਆ ਜੀ ਦਸਤਾ ਇੱਧਰੋਂ ਇੱਧਰ ਆਈ ਸ਼ਾਇਦ ਤੋਂ ਘੋਂਸਲਾ ਤਾਂ ਕੋਈ ਨਹੀਂ ਵੇਖਦਾ ਪਿਆ ਦੁਬਾਰਾ ਇੱਧਰ ਚਿੜੀ ਨੂੰ ਥੋੜ੍ਹਾ ਜਿਹਾ ਉੱਡਣ ਦਿੰਦੇ ਹਾਂ ਕਿਉਂਕਿ ਬਾਅਦ 'ਚ ਇਹਨੂੰ ਸ਼ਾਇਦ ਉੱਡਣਾ ਆਪਾਂ ਸਿਖਾ ਸਕਣਾ ਜੇ ਐਵੇਂ ਆਪਾਂ ਬਾਰ ਬਾਰ ਇਹਨੂੰ ਪੜ੍ਹਾਂਗੇ ਜਾਂ ਕੀ ਪਤਾ ਉੱਡਣਾ ਨਾ ਸਿੱਖੇ ਆਪਾਂ 5 ਕੁ ਮਿੰਟ ਇਹਨੂੰ ਸਿਖਾ ਦਿੰਦੇ ਹਾਂ ਜੀ 10-15 ਮਿੰਟ ਹੋ ਚੁੱਕੇ ਨੇ ਅਤੇ ਹਾਲੇ ਤੱਕ ਆ ਇੱਥੋਂ ਉੱਥੇ ਜੀ ਇੱਥੇ ਆ ਗਈ ਹੌਲੀ ਹੌਲੀ ਮੇਰੇ ਕੋਲ ਆਇਆ ਡੱਬੇ 'ਤੇ ਆਇਆ ਆਪਾਂ ਤੈਨੂੰ ਤੇਰੇ ਘਰ ਲੈ ਕੇ ਚੱਲਦੇ ਹਾਂ ਚੱਲ ਆ ਜਾਓ ਇਹਦੇ 'ਚ ਪੰਜੇ ਬਹੁਤ ਤਗੜੇ ਨੇ ਮੈਂ ਘਰ ਉਂਗਲੀ 'ਤੇ ਬਿਠਾਈ ਸੀ ਬਹੁਤ ਟੈਟ ਸੀ ਆਪਾਂ ਇਹਨੂੰ ਜੀ ਪੇਜਿਆਂ 'ਤੇ ਬਿਠਾ ਦਿੰਦੇ ਹਾਂ ਥੋੜ੍ਹੀ ਦੇਰ ਪੇਜਿਆਂ ਪੂਜਿਆਂ 'ਤੇ ਬਿਠਾਉਂਦੇ ਹਾਂ ਇੱਧਰ ਪੇਡਿਆਂ ਪੁੱਡਿਆਂ 'ਤੇ ਬਿਠਾਉਂਦੇ ਹਾਂ ਇਹਨੂੰ ਬਹਿ ਜਾ ਉੱਤੇ ਮੈਨੂੰ ਲੱਗਦਾ ਤਾਂ ਕੁਛ ਨਹੀਂ ਇਹਨੂੰ ਇਹ ਕੁੱਕੀ ਕਰਦੀ ਪਈ ਆ ਇੱਥੇ ਵੀ ਨਹੀਂ ਰੁਕੋ ਵੇਖਣ ਤੋਂ ਕਿੱਧਰ ਮੂੰਹ ਕਰਦੀ ਹੈ
ਇੱਧਰ ਇੱਧਰ ਨਹੀਂ ਜਾਣਾ ਚਾਹੁੰਦੀ ਇੱਧਰ ਵੈਸੇ ਇੱਧਰ ਵੀ ਬਹੁਤ ਲੱਗਦਾ ਇੱਧਰੋਂ ਕੀ ਪਤਾ ਹੋਵੇ ਤੁਹਾਨੂੰ ਵੇਖਦੇ ਹੁਣ ਇਹ ਕਾਰ ਆ ਇੱਕ ਹੋਰ ਆ ਜਾਮੂ ਵੀ ਲੱਗੇ ਨੇ ਪਰ ਅਸੀਂ ਸਾਰੇ ਇਸ ਨੂੰ ਤੋੜਦੇ ਘੋਸਲਾ ਹੈਗਾ ਕਿੱਥੇ ਹੈਗੇ ਪਰ ਇੱਥੇ ਕੋਈ ਚਿੜੀਆ ਨਹੀਂ ਹੈਗੀ ਆ ਸ਼ਾਇਦ ਬਹੁਤ ਜ਼ਿਆਦਾ ਪੁਰਾਣਾ ਹੈ ਅਤੇ ਵੇਖੋ ਤੁਸੀਂ ਮੈਨੂੰ ਲੱਗਦਾ ਇੱਥੋਂ ਨਹੀਂ ਹੈਗਾ ਉੱਥੇ ਵੇਖੋ ਜੀ ਕਿੰਨੀਆਂ ਸੁੰਦਰ ਚਿੜੀਆਂ ਰੈੱਡ ਕਲਰ ਦੀਆਂ ਤਾਰ 'ਤੇ ਸ਼ਾਇਦ ਤੁਹਾਨੂੰ ਵਿਜੀਬਲ ਹੋਣ ਜੀ ਅਸੀਂ ਹੋਰ ਨੈਸਟ ਲੱਭਣ ਲੱਗੇ ਹਾਂ ਅਤੇ ਜੇ ਕੋਈ ਇਹਨੂੰ ਨੈਸਟ ਕੋਲ ਲੈ ਕੇ ਚੱਲਦੇ ਕੀ ਪਤਾ ਉੱਥੇ ਦੇਖਦੇ ਉੱਥੇ ਜਾਏਗੀ ਜਾਏਗੀ ਇੱਥੇ ਵੇਖ ਇੱਥੇ 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 ਖੜੀ ਹੋ ਜਾ ਖਾਏਗੀ ਪੋਲੀਆਂ ਚੀਜ਼ਾਂ ਖਾਦੀਆਂ ਵੱਡੀ ਜੋ ਖਾਏਗੀ ਜਾਣਗੀ ਇੱਥੇ ਬਹਿ ਜਾ ਬਹਿਣਗੇ ਕੰਡੇ ਵੀ ਚੁੱਪਣ ਗਏ ਦੂਜੀਆਂ ਚਿੜੀਆਂ ਤੋਂ ਬਹਿ ਜਾਂਦੀਆਂ ਨੇ ਇਹਨੂੰ ਕਿਸੇ ਪੇੜ 'ਤੇ ਬਿਠਾ ਦਿੰਦੇ ਹਾਂ ਚਿੰਕੀ ਨੂੰ ਆਪਾਂ ਹੁਣ ਘੋੜੇ ਤੇ ਬਿਠਾਉਣ ਲੱਗੇ ਆ ਚਿੰਕੀ ਚੱਲ ਬਹਿ ਬਜਾ ਮੈਨੂੰ ਲੱਗਦਾ ਕੋਈ ਨਹੀਂ ਪਏਗੀ ਪਹਿਲਾਂ ਆਪਾਂ ਬਹਿ ਜਾਈਏ ਜੀ ਰੁਕੋ ਪਹਿਲਾਂ ਇਹਨੂੰ ਬਿਠਾ ਲਈਏ ਚਿੰਕੀ ਬਹਿ ਜਾ ਪੰਜੇ ਬੜੇ ਤਗੜੇ ਨੇ ਆਪਾਂ ਪੋਲਾ ਪੋਲਾ ਕਰਨੇ ਆ ਮੇਰੇ ਹੱਥ ਲੱਗ ਜਾਂਦੀ ਜੀ ਡਿੱਗ ਨਾ ਜਾਏ ਉਂਝ ਤਾਂ ਆਪਾਂ ਇੰਝੀ ਡਿੱਗ ਨਹੀਂ ਛੱਡਦੇ ਹਾਂ ਤੁਸੀਂ ਵੀ ਜੇ ਕੋਈ ਚਿੜੀ ਲੱਭਦੀ ਉਹਨੂੰ ਮਾਰਿਆ ਨਾ ਕਰੋ ਰੈਸਕਿਊ ਕਰਕੇ ਮਤਲਬ ਵਧੀਆ ਪਾਣੀ ਪੂਣੀ ਦੇ ਕੇ ਘੋਸਲਾ ਲੱਭ ਲੁੱਭ ਕੇ ਉੱਥੇ ਪਹੁੰਚਾ ਦਿਆ ਕਰੋ ਸਾਨੂੰ ਅਸੀਂ ਤਾਂ ਜੀ ਬੜੀ ਕੋਸ਼ਿਸ਼ ਕਰ ਰਹੇ ਹਾਂ ਇੱਥੋਂ ਸਾਨੂੰ ਤਾਂ ਲੱਭ ਲੈਂਦੇ ਹਾਂ ਇੱਧਰ ਵੀ ਵੇਖ ਲਿੱਤਾ ਹੋਰ ਕਿਤੇ ਸਾਡੇ ਇੱਥੇ ਘਰਾਂ ਵੱਲ ਕੋਈ ਘੋਸਲਾ ਹੈ ਨਹੀਂ ਬਾਕੀ ਦੂਰ ਦੂਰ ਨੂੰ ਬੜੀ ਪਿੰਡ ਵੱਲ ਬਹੁਤ ਸਾਰੇ ਸਪਰਾਈਜ਼ ਹੈ ਜੀ ਆਹ ਚਿੜੀ ਅੱਜ ਸਾਨੂੰ ਉੱਥੇ ਮਿਲੀ ਸੀ ਅਸੀਂ ਇਹਦੀ ਇੱਕ ਗੱਤੇ ਦਾ ਘਰ ਬਣਾਇਆ ਸੀ ਟੈਂਪਰੇਰੀ ਹੁਣ ਅਸੀਂ ਇਹਦਾ ਘਰ ਲੱਭਣ ਦੀ ਕੋਸ਼ਿਸ਼ ਕਰਨੇ ਪਿਆ ਪਰ ਲੱਭਦਾ ਨਹੀਂ ਪਿਆ ਇੱਕ ਘੋਂਸਲਾ ਆਪਣਾ ਆਪਾਂ ਬਹੁਤ ਸਾਰੇ ਘੋਂਸਲੇ ਵੇਖੇ ਨੇ ਉਹਨਾਂ ਕੋਲ ਪਹਿਲਾਂ ਆਪਾਂ ਜਾਵਾਂਗੇ ਉਹਨਾਂ ਦੇ ਨੀਚੇ ਫਿਰ ਬਾਅਦ 'ਚ ਵੇਖਾਂਗੇ ਕਦੀ ਚੀਂਚੀ ਕਰਦੀ ਪਈ ਪਾਣੀ ਪਿਆ ਕੇ ਬਹਿੰਦੇ ਹਾਂ ਹੁਣ ਜੀ ਆਪਾਂ ਇਹਨੂੰ ਪਾਣੀ ਪਿਆ ਕੇ ਬਹਿੰਦੇ ਹਾਂ ਬੂੰਦਾ ਬੂੰਦਾ ਪਿਆਵਾਂਗੇ ਯਾਰ ਸ਼ਾਇਦ ਪੀਲੇ ਪੀਆ ਹਾਲੇ ਪਿੰਦੀ ਨੂੰ ਪਈ ਅਸੀਂ ਪਹਿਲਾਂ ਵੀ ਥੋੜ੍ਹਾ ਜਿਹਾ ਪਿਆਇਆ ਹੋਇਆ ਸੀ ਤਾਂ ਕਰਕੇ ਪਿੰਦੀ ਨੇ ਪਈ ਅਤੇ ਹੁਣ ਜੀ ਆਪਾਂ ਬਾਹਰ ਚੱਲਦੇ ਹਾਂ ਅਤੇ ਜੀ ਆਹ ਵੇਖੋ ਜੀ ਆਪਾਂ ਇਹਨੂੰ ਬਾਹਰ ਲੈ ਕੇ ਆ ਚੁੱਕੇ ਹਾਂ ਕੈਮਰੇ ਵੱਲ ਵੇਖ ਆਪਾਂ ਇਹਨੂੰ ਥੋੜ੍ਹੀ ਇੱਧਰ ਵਾਲੀ ਸਾਈਡ ਲੈ ਕੇ ਚੱਲਦੇ ਹਾਂ ਕੀ ਪਤਾ ਨਹੀਂ ਕੋਈ ਹੈਗੀ ਸਾਨੂੰ ਤਾਂ ਜੀ ਅੱਧਾ ਐਵੇਂ ਲੱਗਦਾ ਜਿਵੇਂ ਇਹਨੂੰ ਐਵੇਂ ਤਾਂ ਨੀਚੇ ਭੇਜਿਆ ਕਿ ਆਹ ਉੱਡਣਾ ਸਿੱਖ ਜੇ ਅਤੇ ਘੋਂਸਲਾ ਅੱਜ ਵੇਖਦਾ ਨਹੀਂ ਪਿਆ ਉਹ ਲੱਗਿਆ ਅਤੇ ਇੱਥੋਂ ਦੀ ਤਾਂ ਮੈਨੂੰ ਲੱਗਦਾ ਕੋਈ ਨਹੀਂ ਲੈਣ ਆਏਗਾ ਅੰਦਰ ਇੱਕ ਹੋਰ ਚਿੜੀ ਖੜੀ ਹੈ ਅਤੇ ਹੁਣ ਆਪਾਂ ਇਹਨੂੰ ਅਤੇ ਜੀ ਹੁਣ ਆਪਾਂ ਇਹਨੂੰ ਥੋੜ੍ਹਾ ਉੱਧਰ ਲੈ ਕੇ ਚੱਲਦੇ ਹਾਂ ਜਿੱਧਰ ਬਹੁਤ ਸਾਰੇ ਹੋਰ ਘੋਂਸਲੇ
चलो जी चलते हैं। तो जी सानू जी आ पत्थियां तो मिली सी ते अपन इथों इनू रेस्क्यू कर लिता है ते पंजे वेखो किवें टेढ़े होए पे ने। अपन जदों उड़न लग जाए कि शायद ओदे सही हो जाए। इधर नू जान दी है गोदाम भाजी नू टक्का ते वी इह सोच के उधर नहीं जाए पहले पता नहीं की होया सी की पता उथे कोई शै होए कोई शहर मिल गई हो आप नु हाले पता को नहीं है चिड़िया की खादिया ने पर इना पता छोटिया चिड़िया कोई बोलिया चिड़िया आप जी ते इना कुछ कर रहे थे पर तुसी सानू सबसक्राइब नहीं करते पे एक क्लिक ही करना एक क्लिक बस तुसी जाके सबसक्राइब कर दो ते वीडियो नु लाइक जरूर करो। लो जी हुण तुहानूं साडी वीडियो कहो जी लगी वधिया लगी।